ਮੈਂ ਤਾਂ ਕਹਿੰਦਾ ਚੰਗਾ ਰਹੇਗਾ ਜੇ ਘਰੇ ਚੱਲ ਜਾਏਗਾ ਅੱਜ ਚੱਲਾਂ ਮੈਂ ਬੜਾ ਮੰਦਾ ਹਾਲ ਕਰ ਰਹਾ ਹੈ। हाँ जी सत श्री अकाल की हाल चाल ठीक ठाक हो सारे। फिलहाल तो यार कोई प्लैन नहीं सी वैक्सीन लगवाउन दा, पर फिर मैं सोचा कि एक ना एक दिन तो लगवानी पैनी है, क्यों ना अज लगवा लीए। तो अज मैं जा रहा हूँ वैक्सीन लगवाउन वास्ते। वेलकम बैक टू जैन गाइस, आई होप यू आर गैंड। कल रात की अपॉइंटमेंट बुक की मैं फोर्टिस एस्कॉर्ट होस्पिटल इतने लग गई है वेरके लागे, तो उत्थे जा रहे हैं। तो कोविशील्ड वैक्सीन लगवा रहे हैं क्योंकि जेडे वीर ने मेरी दुबई ट्रिप प्लैन की ही, उन्होंने कहा कि कोविशील्ड सब तो बेस्ट आ, वो लगवा ला। जो तो कितने होर भी ट्रैवल कर रहे, इंटरनेशनल ट्रैवल करेंगे दुबई तो इलावा भी, तो मतलब ऑल ओवर वर्ल्ड चलती कोविशील्ड, सो तेन दिक्कत नहीं होगी। सो पहली डोज अज लग रही आ, थोड़ा नर्वस है क्योंकि यार जिम्मे तुम्हें पता है कि रूमर्स फैले हुए कि वैक्सीन लगवाने बाद बुखार चढ़ता वा, शरीर टुटता वा, दो तीन दिन बुखार चढ़ूगा, हालत खराब होगी, बांह पीड़ होगी। सो कोई चक्कर नहीं यार, फिर क्या एक ना एक दिन तो लगवानी पैनी ही। वैसे मैनू लगता नहीं कि इन्ना ज़्यादा रिएक्ट हुंदा वा, क्योंकि जिन्हें भी मेरे यार दोस्त ने लगवाई है अज तक उन्होंने ज़्यादा हो जाने, मतलब एक दिन तो नॉर्मल है यार। बाकी देखते हैं की बनता, व्लॉग नूं पूरा एंड तक जरूर देखियो। तो जे किसी ने हाल तक चैनल सबसक्राइब नहीं किया सबसक्राइब करो छेती आके। तो चलो आ जाओ पहुंचिए। एक तो यार तू लोग हर काम के डीमोटिवेट करे। हमने मैं वैक्सीन लगवाने लिए होस्पिटल आ रहा ही, रस्ते एक बंद ने दसा मैं वैक्सीन लगवा जा रहा, वो रहन दे आ होजू वो होजू ये होजू, ईवन कि उन्हें आपने भी वैक्सीन नहीं हले तक लवाई, बस रूमर सुन के तो बस बंदा नहीं मान लेंदा गल। मेरे जिन्हें यार ने भी लगवाई आ उन्होंने हाल तक कोई रिएक्शन नहीं होया, एडी कोई गल नहीं है यार। मतलब एक ना एक दिन तो लगवानी पैनी है, अज लवा लो या कल लवा लो या महीने बाद दो महीने बाद चलते हैं अंदर। वैसे कमेंट करके दसो कि इंजैक्शन तो किन्नू किन्नू डर लगता, सच्ची दसा मैं बिल्कुल नहीं लगता यार। मतलब छोटे होंदे लगता हुंदा सी, ते मेरे तो यार टी का ट्रीटमेंट चलता, मतलब मेरे तो मतलब कि मूँह के अंदर भी तीन चार बार इंजैक्शन लगा हुआ। तो चलो चलते हैं। फोन चेक होना बीपी
ਕਾ ਮੈਂ ਨਹੀਂ ਗੋਲੀ ਪਾਈ ਗੋਲੀ ਕਿਨੇ ਪਾਈ ਤੂੰ ਬਾਈ ਦਾਦਾਂ ਦੇ ਹੁਣ ਪ੍ਰੂਫ ਸਾਰੇ ਰੱਖੇ ਮੈਂ ਨਹੀਂ ਵੀਰੇ ਨੂੰ ਮੈਂ ਕੱਲ ਫੋਨ ਕੀਤਾ 12 13 ਤੇ ਫੋਨ ਕੀਤਾ ਕੱਲ ਮੈਂ ਸਪੈਸ਼ਲ ਫੋਨ ਕੀਤਾ 2 ਉਠਿਆ ਨੀ ਅੱਛਾ ਨਹੀਂ ਇਧਰ ਆਓ ਤੇ ਜਦੋਂ ਵੈਕਸੀਨ ਲਵਾ ਗਿਆ ਇਹੀ ਮਤਲਬ ਕਿ ਡੋਲੋ ਖਾਦੀ ਹੈ ਨਾ ਨਹੀਂ ਜਦੋਂ ਉਦੋਂ ਖਾਦੀ ਜਦੋਂ ਬੁਖਾਰ ਚੜਦਾ ਉਸ ਤੋਂ ਪਹਿਲਾਂ ਨਾ ਖਾਣਾ ਚਾਹੀਦਾ ਜਦੋਂ ਬੁਖਾਰ ਚੜਦਾ ਉਹਨੇ ਉਹ ਚੈੱਕ ਕੀਤਾ ਸੀ ਕਹਿੰਦੇ ਬੀਪੀ ਚੈੱਕ ਕੀਤਾ ਪਲਸ ਚੈੱਕ ਕੀਤੀ ਸੀ ਸਾਰਾ ਸਹੀ ਡਰ ਨਹੀਂ ਜਾ ਮੇਰਾ ਵੀ ਸਾਰਾ ਸਹੀ ਪਰ ਇੱਕ ਗਲਤੀ ਹੈ ਆਧਾਰ ਕਾਰਡ ਮੈਂ ਤੂੰ ਪਾਸਵਰਡ ਚੜਾਇਆ ਆਧਾਰ ਕਾਰਡ ਚੜਾਇਆ ਅੱਛਾ ਮੈਂ ਉਸ ਸਟਾਰਟਰ ਮੈਂ ਉਹਨਾਂ ਨੇ ਉਹ ਕੀਤਾ ਹਾਂ ਕੋਈ ਨਹੀਂ ਮੇਰਾ ਇੰਨਾ ਦਿਮਾਗ ਮੈਂ ਗੱਲ ਤੇ ਸੁਣੋ ਦਿਮਾਗ ਯਾਰ ਜਦੋਂ ਤੁਸੀਂ ਅਪਾਇੰਟਮੈਂਟ ਬੁੱਕ ਕਰੋਗੇ ਨਾ ਉੱਥੇ ਆਪਸ਼ਨ ਹੁੰਦੀ ਹੈ ਕਿ ਲਾਇਸੈਂਸ ਆਧਾਰ ਕਾਰਡ ਕੇ ਪਾਸਪੋਰਟ ਓਬਵੀਅਸਲੀ ਮੈਂ ਦੁਬਈ ਵਾਸਤੇ ਕਰਨਾ ਤਾਂ ਮੈਂ ਪਾਸਪੋਰਟ ਹੀ ਕਰਨਾ ਸੀ ਤੁਸੀਂ ਆਧਾਰ ਕਿਉਂ ਕੀਤਾ ਮੈਨੂੰ ਉੱਥੇ ਆਧਾਰ ਮੰਗਿਆ ਮੈਂ ਕਿਹਾ ਵੀ ਆਧਾਰ ਨਹੀਂ ਲੈਣਾ ਮੈਂ ਪਾਸਪੋਰਟ ਨਾਲ ਕਿੰਨੇ ਨਹੀਂ ਡਿਟੇਲ ਲੈਣੀ ਹੈ ਬਸ ਤੁਸੀਂ ਮੈਨੂੰ ਦੇ ਦਿਓ ਡਿਟੇਲ ਲੈਣੀ ਤੇ ਕਿੰਨੇ ਅੰਦਰ ਪਾਸਪੋਰਟ ਨੰਬਰ ਰੱਖਾ ਤੇ ਮੈਂ ਅੰਦਰ ਜਾ ਕੇ ਪਾਸਪੋਰਟ ਨੰਬਰ ਰੱਖਾ ਯਾਰ ਉਹ ਨਹੀਂ ਗੱਲ ਬਸ ਉੱਥੇ ਨਾ ਪਾਸਪੋਰਟ ਦੀ ਆਪਸ਼ਨ ਹੀ ਆ ਜਾਂਦੀ ਆ ਉੱਤੇ ਕਿਹੜਾ ਹੁੰਦਾ ਨੰਬਰ ਉਹਲਾ ਪਾਸਪੋਰਟ ਆਪਸ਼ਨ ਹੁੰਦੀ ਤੇ ਆਧਾਰ ਕਾਰਡ ਭਰਿਆ ਮੈਂ ਆਧਾਰ ਕਾਰਡ ਮੇਰਾ ਨੰਬਰ ਪਿਆ ਆਧਾਰ ਕਾਰਡ ਤੁਹਾਡੀ ਗਲਤੀ ਪਰ ਮੇਰਾ ਪਾਸਪੋਰਟ ਚੜਿਆ ਪਿੰਡ ਕਿਹੜਾ ਪਿੰਡ ਆ ਵਾ ਗੌਂਸਾਵਾਲ ਹੈ ਗੌਂਸਾਵਾਲ ਤੇ ਇੱਥੇ ਹੈਗਾ ਜੀ ਆ ਹੁੰਦਲ ਗਰੋਸਰੀ ਸਟੋਰ ਕੋਈ ਭਰਾ ਆਵੇ ਤੇ ਫ੍ਰੀ ਸਮਾਨ ਮਿਲੂਗਾ ਜੋ ਮਰਜ਼ੀ ਖਾ ਪੀ ਜੇ ਘਰ ਦੀ ਜਗਾੜ ਆਪਣੇ ਖਾ ਪੀ ਆ ਓਏ ਅੱਜ ਤੇ ਆ ਪੀਵਾਂਗੇ ਆਵਾ ਯੈਸ ਏਰੀਆ ਸਟੋਰੀ ਬਿੰਨੀ ਹੋਣੀ ਹੈ ਦ ਨੈਕਸਟ ਡੇ ਕੱਲ ਵੈਕਸੀਨ ਲਗਵਾ ਕੇ ਸਿੱਧਾ ਹੀ ਘਰ ਆਇਆ ਰੈਸਟ ਕੀਤੀ ਪਰ ਫਿਰ ਵੀ ਬੁਖਾਰ ਆ ਗਿਆ ਰਾਤ ਨੂੰ ਬੋਡੀ 'ਚ ਵੀਕਨੈਸ ਆ ਗਈ ਹੈਡੇਕ ਹੋਣ ਲੱਗ ਪਈ ਅਤੇ ਅਗਲੇ ਦਿਨ ਹੁਣ 5-6 ਵਜੇ ਹੁਣ ਜਾ ਕੇ ਥੋੜ੍ਹਾ ਬਹੁਤ ਨੋਰਮਲ ਹੋਇਆ ਮਤਲਬ ਕਿ ਹਾਲੇ ਵੀ ਥੋੜ੍ਹੀ ਥੋੜ੍ਹੀ ਹੈਡੇਕ ਹੈਗੀ ਆ ਥੋੜ੍ਹਾ ਥੋੜ੍ਹਾ ਬੁਖਾਰ ਲੱਗ ਰਿਹਾ ਮਤਲਬ ਕਿ ਕਹਿੰਦੇ ਆ ਕਿ ਜੇ ਵੈਕਸੀਨ ਲਗਵਾ ਕੇ ਤੁਹਾਨੂੰ ਬੁਖਾਰ ਨਹੀਂ ਹੁੰਦਾ ਤਾਂ ਵੈਕਸੀਨ ਸਹੀ ਰਿਐਕਟ ਨਹੀਂ ਕਰ ਰਹੀ ਮਤਲਬ ਬੁਖਾਰ ਆਇਆ ਮਤਲਬ ਕਿ ਰਾਤ ਨੂੰ ਤਾਂ ਯਾਰ ਬੁਰੇ ਹਾਲ ਹੋ ਗਏ ਪਰ ਹੁਣ ਫੀਲ ਬੈਟਰ ਆ ਅਤੇ ਡਨ ਹੋ ਗਈ ਵੈਕਸੀਨ ਮਤਲਬ ਕਿ ਜਿਹੜਾ ਡਰਾਉਂਦੇ ਸੀ ਯਾਰ ਵੈਕਸੀਨ ਲਗਵਾਓਗੇ ਆਹ ਹੋਜੂ ਉਹ ਹੋਜੂ ਕੁਛ ਨਹੀਂ ਹੋਇਆ ਯਾਰ ਬੁਖਾਰ ਚੜਿਆ ਮਤਲਬ ਬੁਖਾਰ ਕਾਫੀ ਦੇਰ ਬਾਅਦ ਚੜਿਆ 2-3 ਸਾਲਾਂ ਬਾਅਦ ਚੜਿਆ ਅਤੇ ਹੈਡਕ ਹੋਈ ਅਤੇ ਬੋਡੀ 'ਚ ਵੀਕਨੈਸ ਆਈ ਆ ਬਸ ਹੁਣ ਜੂਸ ਜਾਸ ਪੀ ਰਹੇ ਹਾਂ ਹੁਣ ਦੂਜੀ ਡੋਜ਼ 28-84 ਦਿਨਾਂ ਦੇ ਵਿੱਚ ਲੱਗ ਜੂਗੀ ਹੁਣ ਵੀ ਹੈਡਕ ਹੋ ਰਹੀ ਆ ਸਾਈਡ 'ਤੇ ਅਤੇ ਹੋਪ ਕਰਦਾ ਕਿ ਤੁਹਾਨੂੰ ਵਲੋਗ ਵਧੀਆ ਲੱਗਾ ਉਹ ਜੇ ਵਧੀਆ ਲੱਗਾ ਤਾਂ ਲਾਈਕ ਕਮੈਂਟ ਐਂਡ ਸ਼ੇਅਰ ਜ਼ਰੂਰ ਕਰ ਦਿਓ ਤੁਹਾਨੂੰ ਆਵਾਜ਼ 'ਤੇ ਪਤਾ ਲੱਗ ਰਿਹਾ ਹੋਗਾ ਯਾਰ ਮਤਲਬ ਐਨਰਜੀ ਬਿਲਕੁਲ ਲੋ ਆ ਅਤੇ ਥੋੜ੍ਹੀ ਰੈਸਟ ਕਰੀਏ 1-2 ਦਿਨ ਹੋਰ ਅਤੇ ਮਿਲਦੇ ਹਾਂ ਆਪਾਂ ਅਗਲੇ ਵਲੋਗ 'ਚ ਟਿਲ ਦੈਨ ਬਾਏ ਟੇਕ ਕੇਅਰ।